ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਠੀਕ ਠਾਕ ਹੋ ਤੇ ਆਪਾਂ ਅੱਜ ਬਣਾਉਣ ਲੱਗੇ ਹਾਂ ਪੀਜ਼ਾ ਤੇ ਪੀਜ਼ੇ ਵਾਸਤੇ ਆਪਾਂ ਲੈ ਲਿਆ ਸਾਰਾ ਸਮਾਨ ਤੇ ਬਣਾਈਏ ਪੀਜ਼ਾ ਆਪਾਂ ਇਹ ਲਿਆ ਵਾ ਬੇਬੀ ਤੋਂ ਲਈਆ ਆਪਾਂ ਤੇ ਇਹਦੇ ਤੋਂ ਬਾਅਦ ਆਪਾਂ ਇਹਨੂੰ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਇਹਨੂੰ ਕਹਿ ਦਈਦਾ ਵਾ ਈਸਟ ਕਹਿ ਦਿੰਦੇ ਜਿਹਦੇ ਨਾਲ ਆਟਾ ਫੁੱਲ ਜੇ ਤੇ ਇਹ ਆਪਾਂ ਲਿਆ ਵਾ ਮੈਦਾ ਤੇ ਆਪਾਂ ਇਹਦੇ ਚ ਪਾ ਲਿਆ ਥੋੜਾ ਜਿਹਾ ਆਟਾ ਆਪਾਂ ਇਹ ਆਟਾ ਲੈ ਲਿਆ ਆ ਤੇ ਇਹ ਜਿਹੜੀ ਲੇਬੀ ਤੋਂ ਆ ਤੇ ਇਹਨੂੰ ਆਪਾਂ ਇਹਦੇ ਵਿੱਚ ਪਾਣੀ ਦੇ ਵਿੱਚ ਇਹਨੂੰ ਪਾ ਲੈਣਾ ਵਾ ਤੇ ਜੋ ਇਹਨੂੰ ਮਿਕਸ ਕਰ ਲੈਣਾ ਵਾ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਵਾਂਗੇ ਲੂਣ ਬਹੁਤ ਥੋੜ੍ਹਾ ਜਿਹਾ ਪਾਉਣਾ ਬਹੁਤ ਜ਼ਿਆਦਾ ਨਹੀਂ ਪਾਉਣਾ ਥੋੜ੍ਹਾ ਜਿਹਾ ਬਾਅਦ ਵਿੱਚ ਪਾਵਾਂਗੇ ਆਪਾਂ ਦੁੱਧ ਪਾਵਾਂਗੇ ਤੇ ਗੁਰਸ਼ਾਨ ਚਲੋ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਸਾਰਿਆਂ ਨੂੰ ਕੀ ਮਾਰਦੇ ਹੋ ਸਵੀਪਰ ਮਾਰਦੇ ਹੋ ਕਿੰਨਾ ਨਹੀਂ ਖਾਰਾ ਪਾਇਆ ਜਦੋਂ ਮੈਂ ਵੀਡੀਓ ਬਣਾਉਣ ਲੱਗਦੀ ਹਾਂ ਤੇ ਗੁਰਸ਼ਾਨ ਉਦੋਂ ਹੀ ਕਹਿੰਦਾ ਆ ਕਿ ਮੇਰੀ ਵੀਡੀਓ ਜ਼ਰੂਰ ਬਣਾਇਆ ਕਰੋ ਉਹ ਆਉਂਦਾ ਹੋਇਆ ਕਿ ਮੈਂ ਸਵੀਪਰ ਹੀ ਮਾਰਨਾ ਵਾ ਸਫਾਈ ਕਰੂੰਗਾ ਅਤੇ ਤੁਹਾਨੂੰ ਪਤਾ ਹੀ ਆ ਵੈਸੇ ਬੱਚੇ ਆਖੇ ਤਾਂ ਬਿਲਕੁਲ ਲੱਗਦੇ ਨਹੀਂ ਆ ਪਰ ਮੈਂ ਜਦੋਂ ਕੋਈ ਕੰਮ ਕਰਨਾ ਹੁੰਦਾ ਉਦੋਂ ਹੁੰਦਾ ਆ ਕਿ ਮੇਰੇ ਵੀਡੀਓ ਬਣਾਉਣ ਚੱਲ ਗੁਰਸ਼ਾਨ ਪੁੱਛੋ ਕਿਆ ਤੁਹਾਨੂੰ ਕੇਕ ਕਿੱਦਾਂ ਦਾ ਲੱਗਾ ਸੀ ਸਾਰਿਆਂ ਨੂੰ ਗੁਰਸ਼ਾਨ ਸੋਹਣਾ ਲੱਗਿਆ ਸੀ ਕਿਆ ਤੁਹਾਨੂੰ ਸਾਰਿਆਂ ਨੂੰ ਸੋਹਣਾ ਲੱਗਾ ਸੀ ਕੇਕ ਸਾਰਿਆਂ ਨੂੰ ਲੱਗਿਆ ਸੀ ਚਲੋ ਠੀਕ ਆ ਆਪਾਂ ਹੁਣ ਆਟਾ ਗੁੰਦ ਲਈਏ ਇਹਨੇ ਆਪਣਾ ਕੰਮ ਇੱਦਾਂ ਹੀ ਕਰੀ ਜਾਣਾ ਆ ਅਤੇ ਇੱਧਰ ਆਪਾਂ ਆਟਾ ਜਿਹੜਾ ਸਾਡਾ ਥੋੜ੍ਹਾ ਜਿਹਾ ਬਸ ਤਿਆਰ ਹੀ ਆਲਮੋਸਟ ਬਸ ਤਿਆਰ ਹੋਣ ਹੀ ਵਾਲਾ ਆ ਗੁੱਝ ਹੀ ਗਿਆ ਆ ਥੋੜ੍ਹਾ ਜਿਹਾ ਰਹਿ ਗਿਆ ਅਤੇ ਮੈਨੂੰ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੈਸੇ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਇੱਦਾਂ ਹੀ ਤੁਸੀਂ ਮੇਰੀਆਂ ਸਾਰੀਆਂ ਵੀਡੀਓ ਨੂੰ ਪਿਆਰ ਦਿਆ ਕਰੋ ਜੇ ਮੇਰੀ ਕੋਈ ਗਲਤੀ ਹੋਵੇ ਵਿੱਚ ਤਾਂ ਪਲੀਜ਼ ਤੁਸੀਂ ਮੈਨੂੰ ਦੱਸ ਸਕਦੇ ਹੋ ਅਤੇ ਮੇਰੇ ਇੰਸਟਾਗ੍ਰਾਮ ਆਈ ਡੀ ਵੀ ਆ ਰਵਿੰਦਰ ਕੌਰ 67 39 67 ਆ ਤੁਸੀਂ ਮੈਨੂੰ ਉੱਥੇ ਫੋਲੋ ਕਰ ਸਕਦੇ ਹੋ ਮੇਰੇ ਨਾਲ ਮੈਸੇਜ 'ਤੇ ਜੇ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਚਲੋ ਦਿਖਾਓ ਸਾਰਿਆਂ ਨੂੰ ਤੁਸੀਂ ਕੀ ਕਰਦੇ ਪਏ ਹੋ ਮੈਂ ਆ ਗਵਿਤ ਬੋਦਾ ਇਹ ਵਾਲੇ ਇਹਦੇ ਨਾਲ ਕੀ ਕਰੀਦਾ ਗਲਵਸ ਪਾ ਕੇ ਇਹਦੇ ਤੇ ਨਾਲ ਪੀਛਾ ਕੱਢੀਦਾ ਕੀ ਕੱਢੀਦਾ ਪੀਛਾ ਤੇ ਹੁਣ ਆਪਾਂ ਜਦੋਂ ਪੀਸੇ ਦੀ ਤਿਆਰੀ ਕਰਨ ਲਈ ਸੀ ਤੇ ਗੁਰਸ਼ਾਨ ਦੇ ਦਿਲ 'ਚ ਸੀ ਕਿ ਮੰਮਾ ਨੇ ਹੁਣੇ ਬਣਾਉਣਾ ਉਹਨੇ ਗਲਵਸ ਕੱਢ ਕੇ ਰੱਖ ਲਿਆ ਆ ਫੋਰਨੇ ਦੇ ਵਿੱਚੋਂ ਤੇ ਇੱਧਰ ਆਪਾਂ ਆਟਾ ਗੁੰਨ ਕੇ ਕਰ ਲਿਆ ਵਾ ਤਿਆਰ ਥੋੜ੍ਹਾ ਟਾਈਮ ਇਹਨੂੰ ਰੈਸਟ ਦੇਣੇ ਆ ਫਿਰ ਥੋੜ੍ਹਾ ਜਿਹਾ ਅਸੀਂ ਮਤਲਬ ਕਿ ਗੁੰਨ ਲਾਂ ਇੱਧਰ ਆਪਾਂ ਸ਼ਿਮਲਾ ਮਿਰਚਾਂ ਕੱਟ ਲਈਆਂ ਆ ਜਿਹੜੀਆਂ ਆਪਾਂ ਆਪਣੇ ਪੀਜ਼ੇ 'ਤੇ ਪਾਉਣੀਆਂ ਆ ਇਹਨੂੰ ਆਪਾਂ ਥੋੜ੍ਹਾ ਜਿਹਾ ਨਾ ਫਰਾਈ ਕਰ ਲੈਣਾ ਵਾ ਅਤੇ ਇੱਧਰ ਸਾਡਾ ਆਟਾ ਵੀ ਜਿਹੜਾ ਆ ਤਿਆਰ ਹੋ ਗਿਆ ਵਾ ਬਹੁਤ ਸੋਹਣਾ ਆਟਾ ਫੁੱਲ ਗਿਆ ਆ ਅਤੇ ਇਹਦੇ ਵਿੱਚ ਆਪਾਂ ਨਾਲ ਫੂੰਗੀ ਪੀਜ਼ੇ ਦਾ ਸਮਾਨ ਜਿਹੜਾ ਨਾ ਸਾਰਾ ਹੀ ਤਿਆਰ ਕਰ ਲਿਆ ਵਾ ਇਹ ਹੈਗੀ ਆ ਵਾ ਖੁੰਬਾਂ ਆ ਜਿਹਨੂੰ ਆਪਾਂ ਇੱਥੇ ਇਟਲੀ ਦੇ ਵਿੱਚ ਇਹਨੂੰ ਕਹਿ ਦਿੰਦੇ ਹਾਂ ਫੂੰਗੀ ਇਹ ਮੈਂ ਮਿਰਚ ਲਈ ਆ ਇੱਕ ਪੀਜ਼ੇ ਦੇ ਪਾਉਣ ਲਈ ਇਹ ਮੈਂ ਸ਼ਿਮਲਾ ਮਿਰਚ ਆ ਜਿਹਨਾਂ ਨੂੰ ਮੈਂ ਹੁਣ ਫਰਾਈ ਕਰ ਲਿਆ ਆ ਅਤੇ ਇਹ ਆ ਓਲੀਵੇ ਓਲਿਵ ਆਇਲ ਅਤੇ ਇਹ ਆ ਮੋਜ਼ਰੇਲਾ ਇਹ ਤਾਂ ਕ੍ਰਸ਼ ਕੀਤਾ ਹੀ ਹੋਇਆ ਵਾ ਲਿਆਂਦਾ ਵਾ ਵੈਸੇ ਮੈਂ ਇੱਕ ਹੋਰ ਲਿਆਂਦਾ ਵਾ ਜੇ ਇਹ ਘਟੂਗਾ ਤਾਂ ਉਹ ਪਾ ਲਾਂਗੇ ਅਤੇ ਇੱਕ ਮੈਂ ਚੀਜ਼ ਲੈ ਕੇ ਆਉਂਦੀ ਆ ਇਹਨੂੰ ਕ੍ਰਸ਼ ਕਰਾਂਗੇ ਹੁਣ ਆਪਾਂ ਅਤੇ ਇਸ ਤੋਂ ਬਾਅਦ ਫਿਰ ਆਪਾਂ ਆਪਣਾ ਜਿਹੜਾ ਬੇਸ ਆ ਤਿਆਰ ਕਰਦੇ ਹਾਂ ਆਪਾਂ ਇੱਧਰ ਫੋਰਨ ਆਪਣੀ ਚਲਾ ਦਿੱਤੀ ਆ ਕਿਉਂਕਿ ਇਹਨੂੰ 15 ਕੁ ਮਿੰਟ ਲੱਗ ਜਾਣੇ ਆ ਇਹਨੂੰ ਗਰਮ ਹੋਣ 'ਤੇ
ਤੇ ਇੱਧਰ ਆਪਣਾ ਸਮਾਨ ਵੀ ਰੈਡੀ ਆ ਹੁਣ ਤੇ ਬਸ ਹੁਣ ਆਪਾਂ ਜਿਹੜਾ ਵਾ ਆਟਾ ਜਿਹੜਾ ਨਾ ਉਹ ਹੀ ਹੁਣ ਰੋਟੀ ਵਾਂਗੂ ਹੁਣ ਵੇਲਣਾ ਇਹਨੂੰ ਟਾਈਮ ਲੱਗ ਜਾਣਾ ਆ ਤੇ ਗੁਰਸ਼ਾਨ ਵਾਸਤੇ ਅਸੀਂ ਬਿਲਕੁਲ ਜਿਹੜਾ ਵਾ ਸਿੰਪਲ ਬਣਾਉਣਾ ਆ ਇਹ ਚੀਜ਼ ਪਾ ਕੇ ਅਤੇ ਮੋਜ਼ਰੇਲਾ ਪਾ ਕੇ ਅਤੇ ਆਪਣੇ ਵਾਸਤੇ ਅਸੀਂ ਬਣਾਵਾਂਗੇ ਫੂੰਗੀ ਅਤੇ ਸ਼ਿਮਲਾ ਮਿਰਚ ਅਤੇ ਓਲੀਵੇ ਅਤੇ ਮਿਰਚਾਂ ਅਤੇ ਹੁਣ ਆਪਾਂ ਆ ਜਾਓ ਬਣਾਈਏ ਇਹਦਾ ਪਹਿਲਾਂ ਗੁਰਸ਼ਾਨ ਵਾਸਤੇ ਬਣਾਈਏ ਕਿਉਂਕਿ ਗੁਰਸ਼ਾਨ ਡਿਆ ਵਾ ਖਿੱਚਦਾ ਪਿਆ ਵਾ ਕਿ ਮੈਨੂੰ ਹੁਣੇ ਜਲਦੀ ਬਣਾ ਕੇ ਦਿਓ ਪਹਿਲਾਂ ਮੈਨੂੰ ਪੀਜ਼ਾ ਉਹਦਾ ਹੁਣ ਤਿਆਰ ਕਰ ਲਈਏ ਆਪਾਂ ਚਲੋ ਬਣਾਉਣ ਵਾਲੇ ਸਾਰਿਆਂ ਨੂੰ ਦੱਸੋ ਪਹਿਲਾਂ ਜੂੜੀ ਗੁਰਸ਼ਾਨ ਦੀ ਖੁੱਲ੍ਹ ਗਈ ਹੁਣ ਆਉਂਦਾ ਮੈਂ ਹੀ ਮੰਮਾ ਬਣਾਉਣਾ ਹੈ ਆਪਣਾ ਪੀਜ਼ਾ ਚਲੋ ਚਲੋ ਉਹ ਪੀਜ਼ਾ ਬਣਾਉਂਦਾ ਕਹਿੰਦਾ ਕਿ ਮੈਂ ਆਪਣਾ ਆਪ ਹੀ ਬਣਾਊਂਗਾ ਅੱਛਾ ਉਹਨਾਂ ਘਰ ਵੀ ਬਣਦਾ ਹੁੰਦਾ ਇੱਦਾਂ ਸਾਰਾ ਬਣਾ ਦੋ ਸੋਹਣਾ ਬਣ ਗਿਆ ਬਣਾਓ ਬਣਾਓ ਇੱਧਰ ਨੂੰ ਵੇਖੋ ਨਾ ਨਾਲੇ ਅੱਛਾ ਠੀਕ ਆ ਚਲੋ ਹੁਣ ਮੰਮਾ ਬਣਾਓ ਨਾ ਚਲੋ ਸ਼ਾਨਾ ਜੀ ਵੀ ਨਾਰਾਜ਼ ਹੋਣ ਡਿਆ ਸੀ ਮੈਂ ਹੀ ਪੀਜ਼ਾ ਬਣਾਉਣਾ ਸਾਰਾ ਕੁਛ ਕਰ ਗਿਆ ਆ ਮੇਰੇ ਨਾਲ ਆਣ ਕੇ ਲਾਗੇ ਲਾਗੇ ਪੀਜ਼ਾ ਬਣਾ ਲਿਆ ਸਾਰਾ ਕੁਛ ਫਿਰ ਵੀ ਉਹ ਕਹਿੰਦਾ ਆ ਕਿ ਮੈਂ ਹੀ ਕਰਨਾ ਗਰਮੀ ਬਹੁਤ ਆ ਫੋਰਨੋਂ ਦੇ ਲਾਗੇ ਖਲੋਈ ਜਾਂਦਾ ਆ ਬਾਰ ਬਾਰ ਆਣ ਕੇ ਆਪਣੇ ਪਾਪਾ ਨਾਲ ਅੰਦਰ ਵੜ ਕੇ ਅਜੇ ਵੀ ਨਾਰਾਜ਼ ਆ ਬੈਠਾ ਆ ਤੇ ਇਹਦੇ ਉੱਤੇ ਆਪਾਂ ਪਾਵਾਂਗੇ ਚੀਜ਼ ਪਹਿਲਾਂ ਜ਼ਿਆਦਾ ਚੀਜ਼ ਨਾਲ ਅਤੇ ਮੋਸਰੇਲੇ ਦੇ ਨਾਲ ਜ਼ਿਆਦਾ ਸਵਾਦ ਬਣਦਾ ਵਾ ਪੀਜ਼ਾ ਦੇ ਤਾਂ ਪਾਉਣਾ ਬਾਕੀ ਗਈ ਸਾਰੀ ਚੀਜ਼ ਹੁਣ ਇਹਦੇ 'ਤੇ ਆਪਾਂ ਪਾ ਦਾਂਗੇ ਮੋਸਰੇਲਾ ਥੋੜ੍ਹਾ ਜਿਹਾ ਮੋਸਰੇਲਾ ਇੱਦਾਂ ਪਾ ਦਾਂਗੇ ਇਹਦੇ ਉੱਤੇ ਅਤੇ ਥੋੜ੍ਹਾ ਮਸਰੇਲਾ ਜਿਹੜਾ ਨਾ ਆਪਾਂ ਸਾਰੀਆਂ ਸਬਜ਼ੀਆਂ ਪਾ ਕੇ ਇਹਦੇ ਉੱਤੇ ਫਿਰ ਪਾ ਦਾਂਗੇ ਜਿਹਦੇ ਨਾਲ ਹੋਰ ਥੋੜ੍ਹਾ ਸਵਾਦ ਹੋ ਜਾਏਗਾ ਅਤੇ ਹੁਣ ਇਹਦੇ ਉੱਪਰ ਆਪਾਂ ਪਾਵਾਂਗੇ ਸ਼ਿਮਲਾ ਮਿਰਚ ਪੀਜ਼ਾ
ਤੜਕਾ ਲਾ ਦੇ ਉਸ ਸਾਰੇ ਤੇ ਸ਼ਿਮਲਾ ਮਿਰਚ ਲਾ ਦਈਏ ਤੇ ਥੋੜੀ ਜਿਹੀ ਇੱਚ ਪਾ ਦਾਂਗੇ ਹਰੀ ਮਿਰਚ ਕਿਉਂਕਿ ਜਦੋਂ ਆਪਾਂ ਇਦਾਂ ਰੈਸਟੋਰੈਂਟ ਤੋਂ ਪੀਜ਼ਾ ਲੈ ਕੇ ਆਈਦਾ ਵਾ ਉਹਨਾਂ ਨੇ ਤੇ ਨਾਲ ਦਿੱਤਾ ਹੁੰਦਾ ਸਾਨੂੰ ਲਾਲ ਮਿਰਚ ਦਿੱਤੀ ਹੁੰਦੀ ਆ ਤੁਸੀਂ ਆਪਣੀ ਇੱਛਾ ਆ ਪਰ ਆਪਾਂ ਹਰੀ ਮਿਰਚ ਜਦੋਂ ਪਾ ਲਈ ਦੀ ਤੇ ਫਿਰ ਤੇ ਬਹੁਤ ਸਵਾਦ ਬਣਦਾ ਆ ਇਹਦੇ ਉੱਤੇ ਥੋੜ੍ਹੇ ਜਿਹੇ ਆਪਾਂ ਲੀਵੇ ਪਾ ਦਾਂਗੇ ਮੇਰੇ ਤੇ ਮੂੰਹ 'ਚ ਹੁਣੇ ਪਾਣੀ ਆਉਣ ਡਿਆ ਇਹਦੇ ਵੱਲ ਵੇਖ ਕੇ ਸਮੈਲ ਨਾ ਆ ਰਹੀ ਅਤੇ ਥੋੜ੍ਹੀ ਜਿਹੀ ਆਪਾਂ ਇਹਦੇ 'ਤੇ ਫੂੰਗੀ ਪਾ ਦਾਂਗੇ ਮੱਕੀ ਖੁੰਬਾ ਜਿਹਨੂੰ ਕਹਿੰਦੇ ਆਪਾਂ ਇਹ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਸਾਰੇ ਦੇ ਉੱਤੇ ਮਾਰਕੀਟ ਤੋਂ ਇੱਥੇ ਮਤਲਬ ਹਰ ਇੱਕ ਚੀਜ਼ ਮਿਲ ਜਾਂਦੀ ਹੈ ਪੈਕਿੰਗ ਦੇ ਵਿੱਚ ਤੇ ਮੈਂ ਉਹੀ ਲਿਆ ਕੇ ਦੇ ਦਿੱਤੀ ਇੱਦਾਂ ਹੀ ਪਾਲੀ ਸ਼ਿਮਲਾ ਮਿਰਚ ਵੀ ਵੈਸੇ ਹੈਗੀ ਸੀ ਮੇਰੇ ਕੋਲ ਘਰ ਰੈੱਡ ਵਾਲੀ ਪਰ ਜਿਹੜੀ ਹਰੀ ਵਾਲੀ ਆ ਉਹ ਜ਼ਿਆਦਾ ਸਵਾਦ ਲੱਗਦੀ ਆ ਇਹਨੂੰ ਹੁਣ ਆਪਾਂ ਤੁਹਾਡਾ ਤਿਆਰ ਹੋ ਗਿਆ ਆ ਇਹਨੂੰ ਵੀ 10 ਮਿੰਟ ਲੱਗਣੇ ਆ ਤਿਆਰ ਹੋਣ ਤੇ ਇੱਧਰ ਸਾਡਾ ਪੀਜ਼ਾ ਬਣ ਗਿਆ ਆ ਅਤੇ ਆਪਾਂ ਲਿਆ ਕੱਢ ਮੂੰਹ ਦੇ ਵਿੱਚ ਪਾਣੀ ਆਉਣ ਡਿਆ ਪਿਆ ਮੇਰਾ ਤੇ ਇਹਨੂੰ ਵੇਖ ਵੇਖ ਕੇ ਹੁਣ ਤਾਂ ਸਬਜ਼ੀ ਕਿੰਨਾ ਸੋਹਣਾ ਬਣ ਗਿਆ ਆ ਲਓ ਜੀ ਪੀਜ਼ਾ ਬਣ ਕੇ ਤਿਆਰ ਆ ਤੇ ਰਵੀ ਨੇ ਬਹੁਤ ਵਧੀਆ ਪੀਜ਼ਾ ਬਣਾਇਆ ਸੱਚੀ ਹਾਂਜੀ ਤੇ ਪਲੀਜ਼ ਸਾਡੇ ਨਾ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਦਾਂ ਹੀ ਆਪਾਂ ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਰਵਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਓਕੇ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ